ਇਸ ਦਾ ਨਾਮ ਕਾਲੀ ਹੈ ਸ਼ੁਰੂਆਤ ਵਿੱਚ ਤਾਂ ਸ਼ਰਾਰਤੀ ਅਤੇ ਡਰਾਉਣਾ ਸੀ ਪਰ ਹੌਲੀ-ਹੌਲੀ ਮੇਰੇ ਨਾਲ ਕੁਲ ਮਿਲ ਗਿਆ ਫਿਰ ਇਸ ਨੇ ਮੈਨੂੰ ਆਪਣੇ ਚਿਹਰੇ ਤੇ ਹੱਥ ਲਾਉਣ ਦਿੱਤਾ ਇਸ ਤਰ੍ਹਾਂ ਸਾਡੀ ਸਾਂਝ ਬਣੀ ਮੈਂ ਜੋ ਵੀ ਖਾਂਦੀ ਆ ਇਸ ਦੇ ਨਾਲ ਸਾਂਝਾ ਕਰਦੀ ਆ ਜੇ ਇਸ ਨੂੰ ਕੁਝ ਨਹੀਂ ਪਸੰਦ ਤਾਂ ਬਾਹਰ ਕੱਢ ਦਿੰਦਾ ਪਹਿਲਾਂ ਇਸ ਨੂੰ ਦੋ ਰੱਸਿਆਂ ਦੇ ਨਾਲ ਸਾਹਮਣਾ ਪੈਂਦਾ ਸੀ ਪਰ ਹੁਣ ਮੈਂ ਇੱਕ ਦੇ ਨਾਲ ਹੀ ਸਾਹਮਣ ਲੈਂਦੀ ਆ ਮੈਂ ਇਸ ਨੂੰ ਚਰਾਉਣ ਦੇ ਲਈ ਲੈ ਕੇ ਜਾਂਦੀ ਆ ਤੇ ਮੁੜ ਘਰ ਲੈ ਕੇ ਆਉਂਦੀ ਆ ਇਸ ਨੂੰ ਖਵਾਉਂਦੀ ਆ ਤੇ ਇਸ ਦੀ ਹਰ ਲੋੜ ਦਾ ਖਿਆਲ ਰੱਖਦੀ ਆ ਕਾਲੀ ਮੇਰੇ ਨਾਲ ਬਹੁਤ ਚੰਗੇ ਤਰੀਕੇ ਪੇਸ਼ ਆਉਂਦਾ ਹੈ ਜਦੋਂ ਵੀ ਮੈਂ ਉਸ ਨੂੰ ਬੁਲਾਉਂਦੀ ਹਾਂ ਉਹ ਮੇਰੇ ਵੱਲ ਘੁੰਮ ਕੇ ਵੇਖਦਾ ਹੈ ਜੇ ਉਹ ھیਠਾ ਵੀ ਪਿਆ ਤਾਂ ਮੇਰੇ ਨੇੜੇ ਜਾਂਦੇ ਹੀ ਉੱਠ ਖੜਦਾ ਹੈ ਉਹ ਮੇਰੇ ਸਕੇ ਭਰਾ ਵਾਂਗ ਹੈ ਜੇ ਕਿਤੇ ਮੇਰੀ ਮਾਂ ਮੈਨੂੰ ਝੁੜਕਦੀ ਹੈ ਤਾਂ ਮੈਂ ਕਾਲੀ ਨੂੰ ਇਸ ਬਾਰੇ ਦੱਸਦੀ ਹਾਂ ਤਾਂ ਉਹ ਉਦਾਸ ਹੋ ਜਾਂਦਾ ਹੈ ਪਹਿਲਾਂ ਤਾਂ ਕਾਲੀ ਮੈਨੂੰ ਕਿਸ ਕਰਨ ਨਹੀਂ ਦਿੰਦਾ ਸੀ ਪਰ ਹੁਣ ਉਹ ਸਹਿਜ ਮਹਿਸੂਸ ਕਰਦਾ ਹੈ ਨਾ ਨਾ ਅੰਗਾ ਨਾ ਉਰੂ ਕੋਈ ਟੋਂ ਵੰਦਾਂ ਜੇ ਸੀ ਸ਼ਹਿਰ ਤੋਂ ਬਾਹਰ ਜਾਂਦੇ ਆ ਤਾਂ ਨਰਾਜ਼ ਹੋ ਜਾਂਦਾ ਹੈ ਫਿਰ ਮੈਂ ਇਸ ਕੋਲ ਜਾਂਦੀ ਆ ਗੱਲ ਕਰਦੀ ਆ ਕਿ ਤੈਨੂੰ ਟੌਫੀਆਂ ਲੈ ਕੇ ਦਵਾਂਗੀ ਤਾ ਇਹ ਘੁੰਮ ਕੇ ਮੇਰੇ ਵਾਲ ਵੇਖਦਾ ਹੈ ਚਾਰੇ ਦੇ ਲਈ ਵੀ ਜਾਂਦਾ ਹੈ ਪਰ ਦੋ ਕੁ ਦਿਨਾਂ ਤੱਕ ਨਰਾਜ਼ ਰਹਿੰਦਾ ਹੈ ਫਿਰ ਜਦੋਂ ਮੈਂ ਇਸ ਨੂੰ ਕਹਾਂ ਕਿ ਮੈਨੂੰ ਕੰਮ ਸੀ ਇਸ ਲਈ ਸ਼ਹਿਰੋਂ ਬਾਹਰ ਗਈ ਸੀ ਤਾ ਇਹ ਸਮਝ ਜਾਂਦਾ ਹੈ ਤੇ ਮੇਰੇ ਹੱਥ ਤੇ ਜੀਪ ਮਾਰਦਾ ਹੈ ਵੰਡਟ ਅਧਿਕਾਪਰ ਰੇਨਾਲ ਅਬੜੇ ਮੁੰਝ ਸੁੰਢੀ 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 ਅਚਕਵੀਆਂ ਮੋਹਨ ਬੱਪਿਆਨਾ ਜੇ ਕੋਈ ਇਸ ਦੇ ਨੇੜੇ ਆਉਂਦਾ ਹੈ ਅਤੇ ਜੇ ਇਹ ਉਸ ਨੂੰ ਪਛਾਣ ਲੈਂਦਾ ਹੈ ਤਾਂ ਉਸ ਸ਼ਖਸ ਨੂੰ ਸੁੰਘਦਾ ਹੈ ਜੇ ਕੋਈ ਅਜਰਬੀ ਹੋਵੇ ਤਾਂ ਇਹ ਗੁੱਸੇ ਹੁੰਦਾ ਹੈ ਕਾਲੀ ਜਲੀ ਕਟੂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦਾ ਹੈ ਅਸੀਂ ਇਸ ਵਾਰ ਪੋਂਗਲ ਉੱਤੇ ਵੀ ਇਸ ਨੂੰ ਤਿਆਰ ਕਰ ਰਹੇ ਹਾਂ ਕਾਲੀ ਨੇ ਜਲੀ ਕਟੂ ਦੇ ਵਿੱਚ ਪਹਿਲਾਂ ਵੀ ਕੋਇਮਟੂਰ ਦੇ ਪਾਲਾ ਮੇੜੂ ਵਿੱਚ ਹਿੱਸਾ ਲਿਆ ਸੀ ਉਦੋਂ ਇਸ ਨੇ ਸੋਨੇ ਦਾ ਸਿੱਕਾ ਬਿਊਰੋ ਕੋਟ ਅਤੇ ਇੱਕ ਬਾਈਸਾਈਕਲ ਜਿੱਤੀ ਸੀ ਇਸਨੇ ਤਿਰੂਪੁਰ ਅਤੇ ਹੋੜਨਾਥਾਵਾ ਤੇ ਵੀ ਜਲੀਕੱਟੂ ਦੇ ਵਿੱਚ ਹਿੱਸਾ ਲਿਆ ਹੈ। ਉਹ ਇਹ ਦੰਗਾ ਕਾ ਸੈਂਡਿੰਦ ਰਕ। ਅਦਿਕ ਅਪ ਅਦਿਕ ਅਪਰ ਤਿਰੂਪੁਰ ਕੇ ਪੇਰਕ। ਮੈਂ ਪਾਲੇੜੰਗੂ ਪੇਰਕ ਨਾ। ਕਾਲੀ। ਨੀ ਪਰ ਰ ਡੇ। ਡੇ। ਮੈਂ ਤੇ ਬਮ